इंदा पहला फायदा केड़ा आ जड़ा मेरा परा कहंदा यार परानी तो परानी दर्द दर्द अगर गिटे च अगर गोडे च मोडे च लक च पसलियां च कहंदा परानी तो परानी दर्द दर दे विच बुड्ढी मां है और बुड्ढा बाप है कहंदा लाठी दा सारा बन चुका है हाय करके बैंदा हाय करके उठदा कहंदा कमर दे कड़े च दर्द आ पट्ठे खिचे गए आ जोड़ा च दर्द आ तेरी बारिश करो मैं चार कतरे नजरे लो ते न्यावे हुसैन देंगा फरी अगर किसी नु दर्द होन है तो दर्द लैके नहीं जाना कलमे नबी की कसम है मेरे इतने दर्द नु बंद करेगा ये दर्दा नु वही बंद करता जिवें वाट वाले बत्ती बंद कर ये दर्दा नु जिस्म चो खिंच दिया जिवें मकनातीस लोहे नु खिंच देंदा आ मां दा जां बाप दा बंदा एक मिनट नहीं दे सकता जदों मां बच्चा पैदा करती है सराहने बोलो कफन हुंदा है ते मां दे पैरां थले जन्नत हैगी है अल्लाह दे बंदे बुढ़ी मां वास्ते जाए मां दे पैरां दा बोसा ले लै जन्नत दा हकदार है ਸਾਡੇ ਕੋਲ ਯਕੀਨ ਹੁੰਦਾ ਹਾਕੀ ਦਾ ਪਲੇਅਰ ਹੈ ਫੁੱਟਬਾਲ ਦਾ ਪਲੇਅਰ ਹੈ ਹੱਡੀ ਕਬੱਡੀ ਦਾ ਪਲੇਅਰ ਹੈ ਕਹਿੰਦਾ ਸੱਟ ਲੱਗ ਗਈ ਹੈ ਫੇ ਆ ਗਈ ਹੈ ਹੱਡੀ ਟੁੱਟ ਕੇ ਜੁੜ ਗਈ ਹੈ ਰਾਡ ਪਵਾਈਆਂ ਨੇ ਪਲੇਟਾਂ ਪਵਾਈਆਂ ਨੇ ਦਰਦ ਨਹੀਂ ਗਈ ਆ ਸਰਦੀ ਦੇ ਵਿੱਚ ਛੋਟਾ ਜਿਹਾ ਬੱਚਾ ਪਸਲੀਆਂ ਦੇ ਵਿੱਚ ਦਰਦ ਹੁੰਦੀ ਹੈ ਆ ਤੇਲ ਦੀ ਮਾਲਿਸ਼ ਕਰਾ ਦਿਓ ਆ ਦਰਦਾਂ ਨੂੰ ਖਤਮ ਕਰੇਗਾ ਅਗਰ ਕਿਸੇ ਨੂੰ ਦਰਦ ਹੈ ਇੱਥੇ ਹੁਣੇ ਮਲੋ ਲੇਕਿਨ ਤੇਲ ਅਸਲ ਬਣੇ ਆ ਦੂਸਰਾ ਫਾਇਦਾ ਸੁਣ ਲਓ ਕਿਹੜਾ ਆ ਜਿਹੜਾ ਮੇਰਾ ਭਰਾ ਕਹਿੰਦਾ ਛੋਟਾ ਜਿਹਾ ਬੱਚਾ ਆ ਕਰੇ 5000 ਦਾ ਨੋਟ ਬੰਨੋ ਕੰਧ ਵਿੱਚ ਦਰਦ ਹੁੰਦੀ ਹੈ ਬੰਦ ਹੋ ਜਾਏਗੀ ਨਹੀਂ ਹੋਣੀ ਇਹ ਕਤਰਾ ਪਾਓ ਇਹ ਦਰਦ ਨੂੰ ਬੰਦ ਕਰੇਗਾ ਆ ਤੀਸਰੇ ਨੰਬਰ 'ਤੇ ਕੰਨ ਬੋਲਾ ਹੋ ਗਿਆ ਕੰਨ 'ਚ ਸਨੀਂਦਾ ਨਹੀਂ ਇਹਦੀ ਤੇਲ ਦੀ ਮਾਲਿਸ਼ ਕਰੋ ਇਹ ਕਤਰਾ ਪਾਓ ਚੌਥੇ ਨੰਬਰ 'ਤੇ ਆ ਕਿਹੜਾ ਮੇਰਾ ਪਰਾ ਕਹਿੰਦਾ ਫਾਲਜ ਲਕਵਾ ਹੋ ਗਿਆ ਪੋਲੀਓ ਹੋ ਗਿਆ ਕੀ ਪੈਨ ਸੁੱਧ ਕਵਾ ਹੋ ਗਈ ਹੈ ਆ ਬੱਚੇ ਦੇ ਲੱਤਾਂ ਬਾਹਾਂ ਮਾਰੀਆਂ ਗਈਆਂ ਨੇ ਆ ਤੇਲ ਦੀ ਮਾਲਿਸ਼ ਕਰਾਓ ਆ ਚੌਥਾ ਫਾਇਦਾ ਆਖਰੀ ਚਲੋ ਬਈ ਹੁਣ ਮੈਂ ਕਰੂੰਗਾ ਚਲੋ ਆਖਰੀ ਫਾਇਦਾ ਰੋਲਾ ਖਤਮ ਕਿਹੜਾ ਆ ਜਿਹੜਾ ਮੇਰਾ ਭਰਾ ਕਹਿੰਦਾ ਯਾਰ ਬਵਾਸੀਰ ਬਵਾਸੀਰ 4 ਤੋਂ 5 ਕਿਸਮਾਂ ਦੀ ਹੁੰਦੀ ਹੈ ਖੂਨੀ ਹੈ ਆਤਸ਼ੀ ਹੈ ਮੌਕਿਆਂ ਲਈ ਆ ਬੋਲੋ ਯਾਰ ਅਗਰ ਖੂਨੀ ਆ ਬਵਾਸੀਰ ਹੋ ਜਾਵੇ ਤੇ ਬੋਲੋ ਯਾਰ ਚਿੱਟੇ ਕੱਪੜੇ ਬੰਦਾ ਪਾ ਸਕਦਾ ਨਹੀਂ ਪਾ ਸਕਦਾ ਨਮਾਜ਼ ਨਹੀਂ ਪੜ੍ਹ ਸਕਦਾ ਅੱਲਾ ਦੀ ਇਬਾਦਤ ਨਹੀਂ ਪੜ੍ਹ ਸਕਦਾ ਕੁਰਾਨ ਨਹੀਂ ਪੜ੍ਹ ਸਕਦਾ ਇਹ ਅੱਲਾ ਦੇ ਬੰਦੇ ਘਰ ਦਾ ਡਾਕਟਰ ਹੈ ਤੇ ਅੱਲਾ ਨਾ ਕਰੇ ਬੋਲੋ ਬਵਾਸੀਰ ਹੋਵੇ ਤਾਂ ਤੋਂ ਕੱਪੜੇ ਲਾਣੇ ਪੈਂਦੇ ਨੇ ਕਿ ਨਹੀਂ ਲਾਣੇ ਪੈਂਦੇ ਨੇ ਤੇ ਇੱਕ ਗੈਰ ਔਰਤ ਇੱਕ ਮਸਾਲੇ ਡਾਕਟਰ ਕਹਿ ਰਹੀ ਹੈ ਨਾ ਅੱਲਾ ਨਾ ਕਰੇ ਘਰ ਦੇ ਵਿੱਚ ਧੀਆਂ ਪੈਣਾਂ ਨੇ ਔਰਤਾਂ ਨੂੰ ਇਹ ਮਰਦਾਂ ਹੁੰਦੀਆਂ ਨੇ ਕੋਈ ਅਗਰ ਮਰਦਾਂ ਬੰਦੇ ਨੂੰ ਲੱਗਦੀਆਂ ਨੇ ਤੇ ਮਰਦਾਂ ਔਰਤਾਂ ਨੂੰ ਵੀ ਲੱਗ ਜਾਂਦੇ ਨੇ ਇਹ ਧੀਆਂ ਪੈਣਾਂ ਦੇ ਪਰਦੇ ਨੂੰ ਕਾਇਮ ਕਰਨ ਵਾਸਤੇ ਇਹ ਲੰਗਰ ਇੱਕ ਤਿਆਰ ਕਰਦਾ ਸਿਰਫ ਡਾਕਟਰ ਕਰਦਾ ਯਕੀਨ ਮੰਨੋ ਤੇ ਮਿਲੇਗਾ ਕਿਹਨਾਂ ਨੂੰ ਨਸੀਬਾ ਵਾਲਿਆਂ ਨੂੰ ਜਿਸ ਔਰਤ ਨੇ ਸਾਰੀ ਜ਼ਿੰਦਗੀ ਆਪਣੇ ਪੈਰ ਦੀ ਚੀਚੀ ਨਹੀਂ ਕਿਸੇ ਨੂੰ ਵਹਾਈ ਉਹ ਗੈਰ ਬੰਦੇ ਦੇ ਸਾਹਮਣੇ ਬੇਪਰਦੋਂ ਤੋਂ ਕੋਈ ਬੰਦਾ ਇਹਦੇ 'ਚ ਮਿਲਾਵਟ ਨਹੀਂ ਕਰ ਸਕਦਾ ਤੁਹਾਡੇ ਅੱਖਾਂ ਦੇ ਸਾਹਮਣੇ ਅੱਜ ਸਾਬਤ ਕਰੋ ਅਗਰ ਮੈਂ ਕੀਤੀ ਮੇਰੇ ਸਮਾਨ ਨੂੰ